ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਆਮ ਆਦਮੀ ਪਾਰਟੀ ਵਾਲੇ ਜਿਹੜਾ ਇੱਕ ਭੇੜ ਸ਼ਬਦ ਸੁਣਿਆ ਲੋਕਾਂ ਨੇ ਸੱਚੀ ਮੱਚੀ ਮੈਂ ਤੁਹਾਨੂੰ ਦੱਸਦਾ ਗੁੱਸਾ ਨਾ ਮੰਨਿਓ ਪਰ ਉਹ ਪਹਿਲਾਂ ਕਿਉਂਕਿ ਜੇ ਮੈਂ ਆਮ ਆਦਮੀ ਪਾਰਟੀ ਵਿੱਚ ਸੀ ਮੈਨੂੰ ਵੀ ਤਾਂ ਲੋਕ ਕਹਿੰਦੀ ਹੁੰਦੇ ਆ ਇਹ ਵੀ ਆਮ ਆਦਮੀ ਪਾਰਟੀ ਦੀ ਭੇੜ ਆ ਗਈ ਹੈਨਾ ਪਰ ਗੱਲ ਕੀ ਹੈ ਬਈ ਯਾਰ ਜਿਹੜਾ ਵੀ ਕੰਮ ਗਲਤ ਹੋ ਰਿਹਾ ਯਾਰ ਉਹਦੇ ਖਿਲਾਫ ਤਾਂ ਬੋਲ ਲੋ ਇੱਕ ਵਾਰੀ ਕੀ ਹੁੰਦਾ ਇਹੀ ਤਾਂ ਡਿਫਰੈਂਸ ਸੀ ਆਪਾਂ ਨੂੰ ਲੱਗਦਾ ਸੀ ਵੀ ਆਪਾਂ ਆਪਣੇ ਵਾਲੇ ਸਾਨੂੰ ਐ ਲੱਗਦਾ ਹੁੰਦਾ ਵੀ ਆਪਾਂ ਤਾਂ ਐ ਕਹਦਾ ਕਰਾਂਗੇ ਨਹੀਂ ਜੀ ਇਹ ਤਾਂ ਕੰਮ ਗਲਤ ਹੋ ਰਿਹਾ ਕਿਤੇ ਉਹ ਪਰ ਉਹਨਾਂ ਨੂੰ ਸਾਨੂੰ ਆਪ ਨੂੰ ਬਚਾਏ ਪਤਾ ਲੱਗ ਜਾਂਦਾ ਵੀ ਇਹ ਕਰਨ ਵੀ ਕੀ ਇਹਨਾਂ ਕੋਲੇ ਕਿਹੜਾ ਕੁਸ ਹੈਗਾ ਤਾਂ ਤੋਂ ਹੋਣਾ ਉਹਨਾਂ ਨੂੰ ਹੁਣ ਕੌਣ ਲਾਂਭਾ ਦੇਵੇ ਇੰਨੀ ਦੂਰ ਜਾ ਕੇ ਹੁਣ ਹਾਂ ਹੁਣ ਸਾਬ ਨੂੰ ਆਖੇ ਇੰਜ ਨਹੀਂ ਇੰਜ ਕਰ ਹਾਂ ਹਾਂ ਕੌਣ ਹੈ ਅੱਜ ਲੈ ਇੱਕ ਤੁਸੀਂ ਸ਼ਾਇਦ ਤੱਕ ਤੁਹਾਡੇ ਕੋਲੇ ਵੀਡੀਓ ਆ ਗਈ ਹੋਣੀ ਚੱਡਾ ਸਾਹਿਬ ਦੇ ਪੈਰੀ ਹੱਥ ਲਾਈ ਜਾਂਦੇ ਹਾਂ 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 ਹੈਨਾ ਮੰਤਰੀ ਵੀ ਲਾਈ ਜਾਂਦੇ ਆ ਮੰਤਰੀ ਲਾਈ ਜਾਂਦੇ ਹੁਣ ਦੇਖ ਲਓ ਹੁਣ ਤੁਸੀਂ ਇੰਨਾ ਬਸ ਆਹੀ ਬਦਲਾਅ ਆਉਣਾ ਸੀਗਾ ਕਿਉਂ ਬਦਲਾਅ ਪਤਾ ਗੱਲ ਕੀ ਹੈ ਬਈ ਬਦਲਾਅ ਐ ਨਹੀਂ ਵੀ ਹਾਲਾਤਾਂ ਦੇ ਵਿੱਚ ਬਦਲਾਅ ਸਮਾਂ ਦੇ ਵਿੱਚ ਬਦਲਾ ਵੀ ਤੁਹਾਡੇ ਕੋਲੇ ਸਿਕਿਉਰਟੀ ਘੱਟ ਸੀ ਸਾਡੇ ਕੋਲੇ ਵੱਧ ਆ ਬਦਲਾਤਾ ਹੋ ਗਿਆ ਨਾ ਤੁਸੀਂ ਮਤਲਬ ਟੀਚਰ ਟੀਚਰਾਂ ਦੀ ਤੁਸੀਂ ਨੌਕਰੀ ਕਰ ਲੈ ਕਹੋ ਕਰਦੇ ਸੀ ਅਸੀਂ ਦੇਖੋ ਨਿਯੁਕਤੀ ਪੱਤਰ ਵੰਡ ਦਿੰਦੇ ਆ ਨੌਕਰੀ ਤੇ ਫੇਰ ਨਹੀਂ ਤਾਂ ਭੇਜਦੇ ਇਹ ਵੀ ਇੱਕ ਬਦਲਾ ਆ ਗਿਆ ਤੇ ਤੁਸੀਂ ਬਾਈ ਜੀ ਸਾਡੇ ਤੁਸੀਂ ਕਦੇ ਗਜਰਾਤ ਦੇ ਵਿੱਚੋਂ ਹੋ ਨਹੀਂ ਦਿੱਤੀ ਸੀ ਐਡ ਅਸੀਂ ਦੇਣ ਲੱਗ ਗਏ ਬਦਲਾ ਹ ਹੈਨਾ ਰਾਜਸੋ ਮੈਂਬਰੀ ਪੰਜਾਬ ਤੋਂ ਬਾਹਰ ਦੇ ਹਾਂ ਉਹ ਵੀ ਪੰਜਾਬ ਤੋਂ ਬਾਹਰ ਦੇ ਹੁਣ ਤੁਸੀਂ ਪੰਜਾਬ ਵੈਸੇ ਤਾਂ ਮੇਰਾ ਤਾਂ ਇੱਕ ਗੱਲ ਹੋਰ ਹੈ ਬਈ ਮੇਰਾ ਤਾਂ ਏਰੀਆ ਵੀ ਹਰਿਆਣਾ ਹੈ ਮੈਂ ਤਾਂ ਹਰਿਆਣੇ ਚੋਂ ਚੱਲ ਕੇ ਆਇਆ ਸੀ ਪੰਜਾਬ ਵਿਚਾਲ ਕੇ ਪੰਜਾਬ ਵਿਚਾਲ ਕੇ ਲੱਗਦਾ ਸੀ ਵੀ ਹੁਣੀ ਬਚ ਰੂਗਾ ਹੁਣ ਸਾ ਨਾਲ ਦੇ ਆਲੇ ਕਿਵੇਂ ਕ੍ਰਾਂਤੀ ਕਰ ਗੋ ਬਹੁਤ ਏਡਾਂ ਕਰਦੇ ਫੁੱਲ ਚ ਏਡਾਂ ਕਰਦੇ ਆ ਜੀ ਇੱਕ ਦਿਨ ਤਾਂ ਮੇਰੇ ਨਾਲ ਜਿਹੜੀ ਵੀਡੀਓ ਵੀ ਬਣਾਈ ਸੀ ਅਸੀਂ ਇਹ ਕਾ ਕੇ ਸਾਡੀ ਵੀਡੀਓ ਤੇ ਜਿਹੜੀ ਤੇ ਰਿਪੋਰਟਾਂ ਮਾਰੀਆਂ ਉਹ ਕਾਰਨ ਕਿ ਉਹ ਕਹਿੰਦਾ ਵੀ ਉਹ ਮੁੰਡਾ ਪੁੱਛਦਾ ਕਹਿੰਦਾ ਉਹ ਕਿਵੇਂ ਆ ਬੰਦੇ ਕਹਿੰਦਾ ਆ ਬੰਦੇ ਹਾਂ ਹਾਂ ਬ్రో ਤੁਸੀਂ ਉਹਨੇ ਦਿੱਲੀ-ਦੁੱਲੀ ਵਾਲੇ ਆਮ ਬੰਦੇ ਅਸਦਾ ਪੰਜਾਬ ਦੇ ਜੰਮੇ ਆ ਖਾਸ ਹੀ ਹੋਵਾਂਗੇ ਅਸੀਂ ਤਾਂ ਆਖਰ ਨੂੰ ਮੁਲਖ ਜਿੱਤ ਕੇ ਦਿੱਤਾ ਯਾਰ ਉਹ ਆਮ ਬੰਦੇ ਨਹੀਂ ਜਿੱਤ ਕੇ deta ਪਰ ਆ ਗੱਲਾਂ ਥੋੜੀਆਂ ਜਿਹੜੇ ਜਦ ਧਰਮ ਦੇ ਨਾਲ ਦੇ ਗੱਲ ਕਰ ਲਗੇਣਾ ਉਹ ਤਾਂ ਚੂਭੂਗੀ ਚੂਭੂਗੀ ਦਿੱਲੀ ਦੀ ਪਾਰਟੀ ਨੂੰ ਕਦੇ ਕਰ ਲਿਓ ਤੁਸੀਂ ਇਹ ਪੰਜਾਬ ਦੇ ਯਾਦ ਦੀ ਮਤਲਬ ਜਿਹੜੇ ਜਿਵੇਂ ਤੁਸੀਂ ਕਹਿਆ ਪੈਰੀਂ ਹਿਲਾਉਂਦੇ ਇੱਕ ਗਾਣਾ ਵੀ ਸ਼ਾਇਦ ਪਵਿੱਤਰ ਰਸੋਈ ਦਾ ਆਇਆ ਸੀਗਾ ਵੀ ਜੁੱਤੇ ਜੁੱਤੀਆਂ ਚੱਟਦੇ ਰਹੇ ਨੇ ਛੇਰੇ ਪੰਜਾਬ ਦੇ ਆ ਹਣਾ ਮਤਲਬ ਅੱ비 ਵੱਡੇ ਵੱਡੇ ਬਾਹਰੋਂ ਆਕੇ ਲੋਕ ਵੀ ਇਹ ਪੰਜਾਬ ਇਹੋ ਜਿਹਾ ਸੀ ਇਥੋਂ ਦਾ ਮਹਾਰਾਜ ਇਹੋ ਜਿਹਾ ਸੀ ਜਿਹਦੇ ਨੌਕਰੀਆਂ ਕਰਦੇ ਥੱਲੇ ਲੱਗੇ ਰਹਿੰਦੇ ਸੀ ਕਿ ਅੰਗਰੇਜ਼ ਤੱਕ ਵੀ ਡਰਦੇ ਹੁੰਦੇ ਸੀ ਵੀ ਉਹਦੇ ਨਾਲ ਪੰਗਾ ਨਹੀਂ ਲੈਣਾ ਕੋਈ ਨਹੀਂ ਦੇਖਾਂਗੇ ਬਾਅਦ ਜਦੋਂ ਨਾ ਹੋਇਆ ਤੇ ਅੱਜ ਮਤਲਬ ਤਸਵੀਰਾਂ ਹੀ ਬਦਲ ਰਹੀਆਂ ਹੈ ਅੱਜ ਤਾਂ ਜੀ ਮੰਨ ਲਾ ਵੀ ਹੱਦੋਂ ਵੱਧ ਤੱਕ ਜਿੱਥੋਂ ਤੱਕ ਜਾ ਸਕਦੇ ਆ ਉੱਥੋਂ ਤੱਕ ਜਾਣਾ ਜੀ ਪਰ ਕੁਰਸੀ ਜ਼ਰੂਰ ਮਿਲਣੀ ਚਾਹੀਦੀ ਆ ਹਮ ਕੁਰਸੀ ਕੁਰਸੀ ਦਾ ਇਹ ਰੌਲਾ ਹੈ ਹਮ ਈਡੀ ਜਿਹਨੂੰ ਕਰਦੀ ਅੰਦਰ ਹਮ ਉਹਦੇ ਲਈ ਆ شاہ ਦਾ ਨੰਬਰ ਹਮ ਵਿਜੀਲੈਂਸ ਜੀ ਦੀ ਫੜਦੀ ਤਾਂ ਉਦੋਂ ਕਰੀਦਾ ਚੱਡੇ ਨੂੰ ਫੋਨ ਲੀਡਰ ਹੁੰਦੇ ਬੜੇ ਕਰਪਟ ਪਛਾਪਾਂ ਕੱਢਦੇ ਉਹਨਾਂ ਦੇ ਗਸ਼ਟੇ ਸਾਡੇ ਸਕ੍ਰਿਪਟ ਵਾਲੀ ਗੱਲ ਹੈ ਜੀ ਮੈਂ ਤਾਂ ਬਾਈ ਮਤਲਬ ਆਪਾਂ ਇੱਕ ਐਪੀਸੋਡ ਛੋੜਨਾ ਪੌਡਕਾਸਟ ਕਰਨਾ ਬਾਬੇ ਵਾਲੇ ਪੇਸਟ ਹਾਂ ਉਹ ਜ਼ਰੂਰ ਕਰਾਂਗੇ ਜ਼ਰੂਰ ਕਰਨਾ ਫਿਰ ਉੱਤੇ ਕੱਢਣਾ ਜਾਵੇ ਉਹ ਪੂਰੀ ਤਸੱਲੀ ਕਰਾ ਦੇਾਂਗੇ ਜੀ ਆਪਾਂ ਬੜਾ ਉਹਦੇ 'ਚ ਨਾ ਇੱਕ ਤੁਸੀਂ ਅਖਿਆ ਸੀ ਵੀ ਕੀ ਕਹਤਾ ਬੜਾ ਉਹ ਕਰਦੇ ਖੱਜਲ ਖਬਰ ਕੋਈ ਕੰਮਣੇ ਲਾਉਂਦੇ ਪਰ ਬਾਬੇ ਵੀ ਬੜਾ ਨਾਰ ਰਿਹਾ ਪੰਜਾਬ 'ਚ ਪਿਛਲੇ ਸਾਲ ਰਿਹਾ ਹਾਲ ਦੇਖ ਕੇ ਥੋੜਾ ਬੱਲੇ ਲੋਕ ਕਰਾਂਗੇ ਪੂਰੀ ਤਸੱਲੀ ਤੁਹਾਨੂੰ ਹੁਣ ਮੈਂ ਕਹਾਂ ਕੀ ਯਾਰ ਹਰਿਆਣੇ 'ਚ ਤਾਂ ਮੁਸ਼ਕਲ ਆ ਸਰਕਾਰ